ਅੱਗੇ ਆ ਗਿਆ ਜੀ ਤੋਹਫਾ ਜੀ ਨੰਬਰ 3 ਤੇ ਆ ਗਈ ਪ੍ਰਿੰਟ ਜ਼ਬਰਦਸਤ ਹੈ ਕੰਨਾਂ ਤੇ ਜੱਚ ਚੈੱਕ ਕਰਨੀ ਐਵੇਂ ਛੋਟੇ ਛੋਟੇ ਮਾਸ਼ਾਅੱਲਾ ਜੀ ਕਾਨੇ ਖੂਬਸੂਰਤੀ ਵੇਖ ਲੈਣੀ ਹੈ ਇਹ ਹੁੰਦੀ ਹੈ ਕੁਆਲਿਟੀ ਮਾਸ਼ਾਅੱਲਾ ਜੀ ਅਤੇ ਜਿਹੜਾ ਰੇਟ ਹੋਏਗਾ ਉਹ ਵੀ ਇਨਸ਼ਾਅੱਲਾ ਜਾਇਜ਼ ਅਤੇ ਮੁਨਾਸਿਬ ਹੈਰਾਨਕੁਨ ਰੇਟ ਹੋਏਗਾ ਖੀਰੀ ਬੱਚੀ ਜੀ ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਸੋਮਵਾਰ ਦਾ ਅਤੇ ਇਸ ਟਾਈਮ ਗੁਜਰਾਂਵਾਲਾ ਦੇ ਮਸ਼ਹੂਰ ਸਸਤੇ ਅਤੇ ਮਾਸ਼ਾਅੱਲਾ ਜੀ ਨਵੇਂ ਫਾਰਮਰ ਆਰਫ ਜੱਟ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ ਅਤੇ ਮਾਸ਼ਾਅੱਲਾ ਜੀ ਬਾਈ ਆਰਫ ਸਾਹਿਬ ਨੇ ਪਹਿਲੀ ਵੀਡੀਓ 'ਚ ਖੜਾਕ ਹੀ ਨਹੀਂ ਬਲਕਿ ਧਮਾਕਾ ਕੀਤਾ ਦੋਸਤਾਂ ਵਾਸਤੇ 7 ਖੂਬਸੂਰਤ ਟਾਪ ਕਲਾਸ ਅਸਲੀ ਅਤੇ ਨਸਲੀ ਮੁਨਾਸਬ ਕੀਮਤ ਵਾਲੀਆਂ ਖੀਰੀਆਂ ਵੱਛੀਆਂ ਲੈ ਕੇ ਆਏ ਨੇ ਕਮ ਅਜ਼ ਕਮ ਕੀਮਤ ਜੀ 60,000 ਤੋਂ ਲੈ ਕੇ ਅਤੇ 1,05,000 ਦੀ ਰੇਂਜ ਤੱਕ ਜਾਨਵਰ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ ਦੋਸਤਾਂ ਅੱਗੇ ਗੁਜ਼ਾਰਿਸ਼ ਆਈਏ ਕਿ ਇਸ ਰੇਟ ਉੱਤੇ ਇਹੋ ਜਿਹੀਆਂ ਨਸਲੀ ਵੱਛੀਆਂ ਕਿਸੇ ਹੋਰ ਫਾਰਮ 'ਤੇ ਜਾਂ ਡੇਰੇ 'ਤੇ ਨਹੀਂ ਮਿਲਣੀਆਂ ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ ਜਿਹੜਾ ਜਾਨਵਰ ਪਸੰਦ ਆਏ ਅਤੇ ਆਰਫ ਸਾਹਿਬ ਨਾਲ ਰਾਬਤਾ ਕਰ ਲੈਣਾ ਬਾਈ ਆਰਫ ਸਾਹਿਬ ਬਾਬੂ ਜੀ ਸਾਹਮਣੇ ਜੀ ਅਸਲਾਮੁ ਅਲੈਕੁਮ ਜੀ ਭਾਈ ਆਰਫ ਸਾਹਿਬ ਕੀ ਹਾਲ ਹੈ ਠੀਕ ਹੋ ਸਾਰੇ ਮਾਮਲਾ ਠੀਕ ਨੇ ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ ਕਿ ਤੁਸੀਂ ਆਪਣੇ ਫਾਰਮ ਤੇ ਇਨਵਾਈਟ ਕੀਤਾ ਹੈ ਤੇ ਮਾਸ਼ਾਅੱਲਾ ਜੀ ਜਨਾਬ ਦੇ ਫਾਰਮ ਤੇ ਆ ਕੇ ਜਾਨਵਰ ਵੇਖ ਕੇ ਇਹਨਾਂ ਦੇ ਰੇਟ ਸੁਣ ਕੇ ਦਿਲ ਹੋਸ਼ ਹੋਇਆ ਯਕੀਨਨ ਜਿਹੜੇ ਦੋਸਤ ਵੀਡੀਓਜ਼ ਵੇਖਦੇ ਨੇ ਪਏ ਉਹ ਵੀ ਇਨਸ਼ਾਅੱਲਾ ਵੀਡੀਓ ਵੇਖ ਕੇ ਇਹ ਹੀ ਕਹਿੰਦੇ ਕਿ ਆਰਫ ਜੱਟ ਨੇ ਪਹਿਲੀ ਵੀਡੀਓ 'ਚ ਹੀ ਧੁੰਮ ਪਹਾੜੀ ਹੈ ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਅਤੇ ਆਪਣੇ ਫਾਰਮ ਦਾ ਮੁਕੰਮਲ ਤਾਰਫ ਕਰਵਾ ਦਿਓ ਜੀ ਨਾਮ ਮੇਰਾ ਮੁਹੰਮਦ ਆਰਫ ਜ਼ਿਲ੍ਹਾ ਸਾਡਾ ਸਿਆਲ ਗੁਜਰਾਂਵਾਲਾ ਸਿਆਲਕੋਟ ਬਾਈਪਾਸ ਫਾਰਮ ਹੈ ਸਾਡਾ ਬਣੀਆਂ ਪਿੰਡ ਨਾਲ ਠੀਕ ਹੈ ਇਹ ਯਾਨੀ ਕਿ ਬਿਲਕੁਲ ਤੁਸੀਂ ਇਹ ਜਿਹੜਾ ਗੁਜਰਾਂਵਾਲਾ ਸਿਟੀ ਹੈ ਹਾਂਜੀ ਸਿਆਲਕੋਟ ਬਾਈਪਾਸ ਚੌਂਕ 'ਚ ਆ ਕੇ ਨਾ ਅਤੇ ਐਵੇਂ 10 ਕੁ ਪੈੜੀਆਂ ਥੱਲੇ ਫਾਰਮ ਹੈ ਬਣੀਆਂ ਪਿੰਡ ਆਪਣੀ ਮਿਹਨਤ ਕਰਨੀ ਰਿਜ਼ਕ ਲੈਣਾ ਤੁਸੀਂ ਕੋਸ਼ਿਸ਼ ਕਰਨੀ ਕਿ ਅੱਜ ਖੜਾਕ ਹੋਈਏ ਧਮਾਕਾ ਹੋਈਏ ਵਪਾਰੀ ਲੈਂਦੇ ਨੇ ਸਾਡੇ ਕੋਲੋਂ ਗਾਹਕ ਲੈਣ ਠੀਕ ਅੱਛੀ ਚੀਜ਼ ਲੈਣ ਸਸਤੇ ਮੁੱਲ 'ਚ ਲੈਣ ਠੀਕ ਉਹਨਾਂ ਨੂੰ ਫਾਇਦਾ ਹੋ ਗਿਆ ਅਤੇ ਉਹਨਾਂ ਨੂੰ ਵੇਖ ਕੇ ਸਾਨੂੰ ਵੀ ਸ਼ੌਕ ਚੜਿਆ ਕਿ ਚਲੋ ਯਾਰ ਅਸੀਂ ਵੀ ਜਰਾਣਾ ਵੀਡੀਓ ਬਣਾਈਏ ਆ ਠੀਕ ਅਤੇ ਗਾਹਕਾਂ ਨੂੰ ਫਾਇਦਾ ਦਈਏ ਆਪਣੇ ਭਰਾਵਾਂ ਨੂੰ ਫਾਰਮ ਵਾਲਿਆਂ ਨੂੰ ਫਾਇਦਾ ਦਈਏ ਜਿਹੜਾ ਉਹ ਸਾਡੇ ਤੋਂ ਫਾਇਦਾ ਲੈਂਦੇ ਨੇ ਠੀਕ ਹੈ 15 ਸਾਲ ਹੋ ਗਏ ਨੇ ਇਨਸ਼ਾਅੱਲਾ ਸਾਡਾ ਇਹ ਕਾਰੋਬਾਰ 12 ਮਹੀਨੇ 30 ਦਿਨ ਵਿੱਚ ਹੀ ਆਉਂਦੇ ਹੋਰ ਸਾਡਾ ਕੰਮ ਕੋਈ ਨਹੀਂ ਠੀਕ ਹੈ ਇਹੋ ਹੀ ਬੰਦੇ ਸਾਡੇ ਕੋਲ ਲੈ ਕੇ ਜਾਂਦੇ ਨੇ ਠੀਕ ਅੱਗੇ ਜਾ ਕੇ ਅਤੇ ਉਹ ਬੰਦੇ 50,000 ਰੁਪਈਆ ਵਿੱਚ ਮਗਰ ਪ੍ਰੋਫਿਟ ਲੈ ਕੇ ਸੇਲ ਕਰਦੇ ਨੇ ਠੀਕ ਹੈ ਉਹੀ ਮੱਛੀ ਸਾਡੇ ਕੋਲ ਮਿਲੇਗੀ ਜਿਹੜੀ ਬਾਹਰੋਂ ਤੁਹਾਨੂੰ 1,40,000 ਦੀ ਮਿਲੇਗੀ ਅਸੀਂ ਕੋਈ 1,00,000 ਰੁਪਏ ਦੀ ਦਾਂਗੇ ਠੀਕ ਹੈ ਅਤੇ ਗਰੰਟੀ ਨਾਲ ਲਿਆਂਗੇ ਸਾਡੀ ਚੀਜ਼ ਦੀ ਗਰੰਟੀ ਹੋਏਗੀ ਕੁਛ ਨਹੀਂ ਹੋਵੇ ਰਸੌਲੀ ਹੋਵੇ ਥਣ ਚਾਰ ਨਾ ਹੋਣ ਮੂੰਹ ਦੌਂਦੀ ਹੋਵੇ ਉਹ ਸਾਡੇ ਕਾਬਲੇ ਵਾਪਸ ਹੋਏਗੀ ਠੀਕ ਹੈ ਘਰ ਗਈ ਕਿਰਾਇਆ ਆਉਣ ਜਾਣ ਦਾ ਸਾਡਾ ਹੋਏਗਾ ਠੀਕ ਹੈ ਕਿਸੇ ਕਿਸਮ ਦਾ ਕੋਈ ਮਸਲਾ ਹੋਵੇ ਮੱਛੀ ਨੂੰ ਅੰਦਰੂਨੀ ਹੋਵੇ ਜਾਂ ਬਾਹਰ ਹੋਵੇ ਉਹ ਸਾਡੀ ਵਾਪਸੀ ਹੋਏਗੀ ਜਿਹੜੀ ਚੀਜ਼ ਦੱਸਾਂਗੇ ਉਹ ਚੀਜ਼ ਵੀ ਨਾ ਹੋਵੇ ਉਹ ਨਸਲ ਨਾ ਹੋਵੇ ਤਾਂ ਵੀ ਸਾਡੀ ਵਾਪਸ ਠੀਕ ਹੈ ਅਗਲੇ ਦਾ ਆਉਣ ਜਾਣ ਦਾ ਕਿਰਾਇਆ ਵੀ ਅਸੀਂ ਦੇਵਾਂਗੇ ਅਗਲੇ ਦੇ ਪੈਸੇ ਦੀ ਮਾਨਤ ਅਗਲੇ ਨੂੰ ਵਾਪਸ ਦੇਵਾਂਗੇ ਠੀਕ ਹੈ ਜ਼ਿੰਦਾਬਾਦ ਮਾਸ਼ਾਅੱਲਾ ਜੀ ਪੁਰਾਣਾ ਕਾਰੋਬਾਰ ਹੈ ਤੇ ਤੁਹਾਡੇ ਕੋਲ ਭਾਈ ਆਰਫ ਸਾਹਿਬ ਹਰ ਕਿਸਮ ਦੀਆਂ ਜਿਹੜੀਆਂ ਬੱਚੀਆਂ ਮੌਜੂਦ ਨੇ ਜਰਸੀ ਫਰੀਜ਼ਨ ਆਸਟ੍ਰੇਲੀਅਨ ਕ੍ਰਾਸ ਸਾਈਵਾਲ ਧੰਨੇ ਦੀ ਜਿਹੜੀ ਕਿਸੇ ਲੈਣੀ ਹੋਵੇ ਉਹ ਮਿਲੇਗੀ
ਅਗਰ ਸਾਡੇ ਕੋਲ ਆ ਰਹੀ 12 ਮਹੀਨੇ ਮੱਛੀ ਹੁੰਦੀ ਹੈ ਵਲੈਤੀ ਕਰਾਸ, ਅਗਰ ਕੋਈ ਬੰਦਾ ਆਉਂਦਾ ਮੈਂ ਸਾਹੀਵਾਲ ਦੀ ਲੈਂਦਾ, ਕੋਈ ਬੰਦਾ ਆਉਂਦਾ ਮੈਂ ਧੰਨੇ ਦੀ ਮੱਛੀ ਲੈਣ ਦਾ ਸ਼ੌਕੀਨ ਹਾਂ, ਉਹ ਮੱਛੀ ਅਸੀਂ ਦਿਆਂਗੇ ਬਿਆਨਾ ਲੈ ਕੇ ਫਿਰ ਉਹਨੇ ਉਹਦੇ ਵਾਸਤੇ ਲਿਆਵਾਂਗੇ। ਬਾਕੀ 12 ਮਹੀਨੇ 24 ਘੰਟੇ ਸਰਵਿਸ ਵਲੈਤੀ ਮੱਛੀ ਜਿਸ ਨੂੰ ਆਸਟ੍ਰੇਲੀਆ ਦੀ ਫਰੀਜ਼ ਦੀ ਜਰਸੀ ਦੀ ਚਾਹੀਦੀ ਹੋਵੇ ਉਹ ਰਾਤ ਦਾ 24 ਘੰਟੇ ਜਿਸ ਟਾਈਮ ਮਰਜ਼ੀ ਕਰ ਸਕਦਾ। ਜੀ ਬਿਹਤਰ ਹੋ ਗਿਆ, ਕਰਾਈਏ ਸ਼ੌਕ। ਹਾਂਜੀ ਕਰਾਓ ਕਰਾਓ, ਬਿਸਮਿਲਲਾ। ਮਾਸ਼ਾਅੱਲਾ ਜੀ, ਵੱਛੀ ਨੰਬਰ 1 ਆ ਗਈ ਹੈ, ਹੈ ਵੀ ਮੋਨੀ ਹੈ ਭਾਈ ਅਰਫ ਸਾਹਿਬ, ਖੂਬਸੂਰਤੀ ਦੋਸਤਾਂ ਵੇਖ ਲੈਣੀ ਹੈ, ਪ੍ਰਿੰਟ ਜ਼ਬਰਦਸਤ ਹੈ ਭਾਈ ਯਾਰਾਂ, ਆਲਰੇਡੀ ਜ਼ਿਕਰ ਕੀਤਾ ਹੈ ਕਿ 4 ਥਣਾਂ ਦੀ ਗਰੰਟੀ ਹੋਈ ਦੀ, ਖੀਰੀ ਕਹੀ ਹੈ ਤੇ ਇਨਸ਼ਾਅੱਲਾ ਖੀਰੀ ਹੋਈ ਦੀ। ਕਿੰਨੀ ਕੁ ਉਮਰ ਹੈ ਦੀ ਭਾਈ? ਇਹਦੀ ਉਮਰ ਹੋਣੀ ਹੈ ਭਾਈ 6 ਤੋਂ 7 ਮਹੀਨੇ। 6 ਤੋਂ 7 ਮਹੀਨੇ ਹੋਣੀ ਹੈ, ਤੇ ਨਸਲ ਕੀ ਭਾਈ ਇਹਦੀ? ਇਹਦੀ ਨਸਲ ਭਾਈ ਚੋਲਸਤਾਨੀ ਤੇ ਵਲੈਤੀ ਦਾ ਕਰਾਸ, ਤੇ ਵਲੈਤੀ ਤੇ ਚੋਲਸਤਾਨੀ ਕਰਾਸ ਹੈ, ਬੜੀ ਜ਼ਬਰਦਸਤ ਬਰੀਡ ਹੈ। ਸਾਡਾ ਜਿਹੜਾ ਮਾਹੌਲ ਹੈ ਪਾਕਿਸਤਾਨ ਦਾ ਗਰਮੀਆਂ 'ਚ ਇਹੋ ਜਿਹੀ ਜਿਹੜੀ ਬਰੀਡ ਹੈ ਬੜੀ ਕਾਮਯਾਬ ਹੈ ਮਾਸ਼ਾਅੱਲਾ ਜੀ। ਵਲੈਤੀ ਤੇ ਚੋਲਸਤਾਨੀ ਕਰਾਸ, ਹਾਈਟ ਦੋਸਤਾਂ ਵੇਖ ਲੈਣੀ ਹੈ ਭਾਈ ਜੀ, ਸਾਹਮਣੇ ਨਜ਼ਰ ਆ ਰਹੇ ਨੇ ਦੋਸਤਾਂ, ਇਸ ਹਿਸਾਬ ਨਾਲ ਦੀ ਹਾਈਟ ਦਾ ਅੰਦਾਜ਼ਾ ਲਾ ਲੈਣਾ। ਠੀਕ ਹੈ ਭਾਈ ਜਾਨ, ਲੈ ਚਲੋ ਜੀ, ਇਸ ਸਾਈਡ ਤੇ ਟੋਰੀਓ, ਜ਼ਰਾ ਤੁਹਾਨੂੰ ਵੀ ਦੋਸਤਾਂ ਚੈੱਕ ਕਰਾਈਏ। ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ, ਪੂਰੀ ਐਕਟਿਵ ਹੈ, ਚਲਾ ਫਿਰ ਆ ਕੇ ਚੈੱਕ ਕਰਾਉਂਦੇ ਹਾਂ ਪੇ, ਪਿਆਰਾ ਭਾਈ ਖਿਲਾ ਰਹੇ ਹੋ ਜ਼ਰਾ, ਇਹ ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ। ਚਲੋ ਠੀਕ ਕਰਾਂ ਦੋ ਜੀ ਭਾਈ ਅਰਫ ਸਾਹਿਬ, ਵੱਛੀ ਨੰਬਰ 1 ਦਾ ਰੇਟ ਮੁੱਲ ਤੱਕ ਰਾਜੇ ਤਾਂ 75,000 ਰੁਪਇਆ। ਅੱਛਾ, ਥੋੜ੍ਹੀ ਇਸ ਸਾਈਡ ਤੇ ਆ ਕੇ, ਮੱਛੀ ਫਾਈਨਲ ਮਿਲ ਜਾਏ ਤਾਂ 60,000 ਰੁਪਈਆ। 60,000? 60,000 ਦੀ ਮਿਲ ਜਾਏ, ਜਿਸ ਮੇਰੇ ਭਰਾ ਨੂੰ ਚੰਗੀ ਲੱਗੇ ਉਹ ਫੋਨ ਕਰਕੇ ਤੇ ਆਪਣਾ ਮੰਗਾ ਸਕਦਾ। ਜੀ ਜ਼ਿੰਦਾਬਾਦ। ਇਹ ਜਿਹੜਾ ਰੇਟ ਹੈ ਫਿਰ ਵੀ ਭਾਈ ਯਾਰ, ਕੋਸ਼ਿਸ਼ ਤੋਂ ਤੁਹਾਡੀ ਆਈ ਹੈ ਕਿ ਫਿਰ ਵੀ ਅਸੀਂ ਫਿਰ ਵੀ ਇਨਸ਼ਾਅੱਲਾ ਪਿਆਰ ਜਿੰਨਾ ਕੁ ਲਾ ਵੀ ਹੋ ਸਕਦਾ ਉਹ ਕਰਾਂਗੇ। ਜ਼ਿੰਦਾਬਾਦ। ਤਾਂ ਕੋ ਵੀ ਹੋ ਸਕਿਆ ਨਾ, ਅਸੀਂ ਉਹਨੇ ਹੀ ਗੁਜ਼ਾਇਸ਼ ਕਰਾਂਗੇ। ਜੀ ਜ਼ਬਰਦਸਤ ਹੋ ਗਿਆ, ਫਾਇਦਾ ਦੇਣਾ ਨਾ ਭਰਾਵਾਂ ਨੂੰ, ਤੇ ਫਿਰ ਅੱਛੇ ਤਰੀਕੇ ਨਾਲ ਦੇਣਾ, ਭਰਾ ਵੀ ਆਖਦਾ ਕਿ ਬਾਕੀ ਸਾਡਾ ਕਿਸੇ ਬੰਦੇ ਫਾਇਦਾ ਕੀ। ਜੀ ਮਾਸ਼ਾਅੱਲਾ ਜੀ, ਅੱਗੇ ਆ ਗਈ ਹੈ ਜੀ ਨੰਬਰ 2 ਤੇ ਆ ਗਈ, ਖੂਬਸੂਰਤੀ ਦੋਸਤਾਂ ਦੀ ਵੇਖ ਲੈਣੀ ਹੈ, ਪ੍ਰਿੰਟ ਜ਼ਬਰਦਸਤ ਹੈ, ਨਸਲੀ ਚੀਜ਼ ਹੈ, ਕੀ ਨਸਲ ਹੈ ਆਰਫ ਸਾਹਿਬ ਦੀ? ਇਹਦੀ ਭਾਜੀ ਚੋਲਸਤਾਨੀ ਤੇ ਵਲੈਤੀ ਕਰਾਸ ਵਿੱਚ, ਇਹ ਵੀ ਚੋਲਸਤਾਨੀ ਤੇ ਵਲੈਤੀ ਕਰਾਸ ਹੈ। ਠੀਕ ਹੈ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ, ਇਹਦੇ ਥਣ ਬਹਾਓ, ਮੈਂ ਚੈੱਕ ਕਰਾਂਦਾ ਜੀ, ਹਰ ਬੱਚੇ ਨੂੰ ਆਇਦਾ ਥਣ ਲੈ, ਇਹ ਚੈੱਕ ਕਰੋ ਜੀ, ਕਾਲੇ ਗੁੱਲ ਲੱਗੇ ਨੇ। ਕਿੰਨੀ ਕੁ ਉਮਰ ਹੈ ਦੀ? ਇਹਦੀ ਉਮਰ ਵੀ ਹੋਣੀ ਹੋਣੀ 7-8 ਮਹੀਨੇ। 7-8 ਮਹੀਨੇ ਦੀ ਉਮਰ ਹੈ, ਇਹ ਵੀ ਵਲੈਤੀ ਤੇ ਚੋਲਸਤਾਨੀ ਕਰਾਸ ਹੈ, ਸੋਹਣੇ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ, ਪ੍ਰਿੰਟ ਵੀ ਦੋਸਤਾਂ ਵੇਖ ਲੈਣਾ, ਕਰਾਸ ਬਰੀਡ ਹੈ, ਚਿਹਰਾ ਵੀ ਭਾਈ ਸਾਹਮਣੇ ਕਰਿਓ, ਸਿੰਘ ਹੈ ਨਹੀਂ ਨਾ, ਕਿ ਮੱਠੇ ਜਿਹਾ ਨੇ। ਠੀਕ ਹੈ ਮੋਨੀ, ਮਾਸ਼ਾਅੱਲਾ ਜੀ, ਜੀ ਬਿਹਤਰ ਹੋ ਗਿਆ। ਠੀਕ ਹੈ ਭਾਈ, ਲੈ ਚਲੋ ਭਾਈ ਯਾਰ, ਵਲੈਤੀ ਤੇ ਚੁਲਸਤਾਨੀ ਕਿਹਾ ਹੈ, ਯਾਨੀ ਕਿ ਜਰਸੀ ਦਾ ਵਿੱਚ ਟੱਚ ਲੱਗਦਾ ਪਿਆ। ਠੀਕ ਹੈ ਭਾਈ ਜੀ, ਆਰਫ ਸਾਹਿਬ, ਵੱਛੀ ਨੰਬਰ 2 ਦਾ ਰੇਟ? ਵੱਛੀ ਨੰਬਰ 2 ਦਾ ਰੇਟ ਭਾਜੀ ਮੁੱਲ ਤਾਂ 80-85,000 ਰੁਪਇਆ ਲਾ ਦੇ ਜੀ। ਅੱਛਾ, ਲੇਕਿਨ ਨਹੀਂ ਉਹ ਕੰਮ ਨਹੀਂ, ਆਰਫ ਜੱਟ ਅੱਜ ਧਮਾਕਾ ਕਰਨਾ। ਅੱਛਾ, 65,000 ਨੂੰ ਵੱਛੀ ਜਿਹਨੂੰ ਚੰਗੀ ਲੱਗਦੀ। ਜ਼ਿੰਦਾਬਾਦ ਮਾਸ਼ਾਅੱਲਾ ਜੀ, ਨੰਬਰ 2 ਤੇ ਚੈੱਕ ਕਰਾਈ ਹੈ, ਕੀਮਤ ਡਿਮਾਂਡ 65,000 ਤੇ ਅੱਗੇ ਆ ਗਿਆ ਜੀ ਤੋਹਫਾ ਜੀ। ਨੰਬਰ 3 ਤੇ ਆ ਗਈ, ਪ੍ਰਿੰਟ ਜ਼ਬਰਦਸਤ ਹੈ, ਕੰਨਾਂ ਤੇ ਜੱਜ ਚੈੱਕ ਕਰਨੀ ਐਵੇਂ ਛੋਟੇ ਛੋਟੇ ਮਾਸ਼ਾਅੱਲਾ ਜੀ, ਕੰਨੇ ਖੂਬਸੂਰਤੀ ਵੇਖ ਲੈਣੀ ਹੈ, ਇਹ ਹੁੰਦੀ ਹੈ ਕੁਆਲਿਟੀ ਮਾਸ਼ਾਅੱਲਾ ਜੀ, ਤੇ ਜਿਹੜਾ ਰੇਟ ਹੋਏ ਦਾ ਉਹ ਵੀ ਇਨਸ਼ਾਅੱਲਾ ਜਾਇਜ਼ ਤੇ ਮੁਨਾਸਬ ਹੈਰਾਨਕੁਨ ਰੇਟ ਹੋਏ ਦਾ। ਖੀਰੀ ਵੱਛੀ ਜੀ, ਜੀ ਖੀਰੀ ਇੱਧਰ ਆਉਣਾ। ਠੀਕ ਹੈ, ਜ਼ਿੰਦਾਬਾਦ। ਕੀ ਨਸਲ ਹੈ ਜੱਟ ਸਾਹਿਬ ਦੀ? ਇਹਦੀ ਭਾਜੀ ਆਸਟ੍ਰੇਲੀਆ ਦੇ ਵਿੱਚ ਜਰਸੀ ਦਾ ਕਰਾਸ, ਜਰਸੀ ਤੇ ਆਸਟ੍ਰੇਲੀਅਨ ਕਰਾਸ ਹੈ ਮਾਸ਼ਾਅੱਲਾ ਜੀ, ਪ੍ਰਿੰਟ ਸੋਹਣਾ, ਖੂਬਸੂਰਤੀ ਦੋਸਤਾਂ ਵੇਖ ਲੈਣੀ ਹੈ, ਨੰਬਰ ਆ ਗਈ ਹੈ 3 ਤੇ ਮਾਸ਼ਾਅੱਲਾ ਜੀ, ਸ਼ਰਾਫਤ ਵੀ ਦੋਸਤਾਂ ਚੈੱਕ ਕਰਾਈਏ, ਦੰਦ ਵੀ ਚੈੱਕ ਕਰਾਏ ਨੇ, ਥਣ ਵੀ ਚੈੱਕ ਕਰਾ ਦਿੱਤੇ ਨੇ। ਜੀ ਭਾਈ ਅਰਫ ਸਾਹਿਬ, ਵੱਛੀ ਨੰਬਰ 3 ਦਾ ਰੇਟ? ਇਹਦਾ ਭਾਜੀ ਰੇਟ ਜੇ ਕਿਸੇ ਫਾਰਮ ਤੇ ਖੜੀ ਹੋਵੇ ਨਾ, ਇਹ ਵੱਛੀ ਵੇਚਦੀ 1.5 ਲੱਖ ਰੁਪਏ। ਠੀਕ ਹੈ, 100 ਰੁਪਇਆ ਨਹੀਂ ਘੱਟ ਵੇਚਦੀ, ਲੇਕਿਨ ਸਭ ਕੰਮ ਨਹੀਂ ਕਰਨਾ, ਤੁਹਾਨੂੰ ਪਹਿਲਾਂ ਦੱਸਿਆ ਤੇ ਸਾਡੀ ਪਹਿਲੀ ਵੀਡੀਓ। ਠੀਕ ਹੈ, ਤੇ ਭਰਾਵਾਂ ਨੂੰ ਫਾਇਦਾ ਦੇਣਾ, ਜਿਸ ਭਰਾ ਨੂੰ ਚੰਗੀ ਲੱਗਣਾ
100 ਵਾਰੀ 1,05,000 ਦੇ ਵਿੱਚ। ਜ਼ਿੰਦਾਬਾਦ ਮਾਸ਼ਾਅੱਲਾ ਜੀ। ਕੀਮਤ ਡਿਮਾਂਡ 1,00,000 ਤੇ 5,000 ਕੁਆਲਿਟੀ ਵੇਖਣੀ ਹੈ, ਹੁਸਨ ਚੈੱਕ ਕਰਨਾ ਹੈ, ਨਸਲ ਵੇਖਣੀ ਹੈ। ਇੱਧਰ 5,00,000 ਦੀ 6,00,000 ਦੀ ਗੱਲ ਨੂੰ ਗਾਂ ਨਾ ਬਣੇ। ਮੈਂ ਨੰਬਰ ਦਿਆਂਗਾ, ਲਿਖ ਕੇ ਦਿਆਂਗਾ, ਕੱਲ ਨੂੰ ਮੈਂ ਉਸ ਚੀਜ਼ ਦਾ ਜ਼ਿੰਮੇਵਾਰ ਹੋਵਾਂਗਾ ਕਿ ਪਤਾ ਲੱਗੇ ਭਰਾਵਾਂ ਨੂੰ ਕਿ ਵਾਕਈ ਉਹ ਗਾਂ ਬਣੀ, ਮਿਹਨਤ ਕੀਤੀ ਹੈ। ਟੋਟਲ 7 ਨੇ ਤੇ ਇਨਸ਼ਾਅੱਲਾ ਇਹ ਹੁਣ ਜਿਹੜੀ ਅਗਲੀ ਵੀਡੀਓ ਵੀ ਇਤਵਾਰ ਵਾਲੇ ਦਿਨ ਬਣੇਗੀ ਤੇ ਲੰਮੀ ਲੈਣ ਮੱਛੀਆਂ ਦੀ ਲੱਗੀ ਹੋਈ ਅੱਗੇ ਆ ਗਈ ਮਾਸ਼ਾਅੱਲਾ ਜੀ। ਨੰਬਰ 4 ਤੇ ਆ ਗਈ ਇਹਦੇ ਥਣ ਕਾਲੇ ਨੇ ਮੇਰੇ ਖਿਆਲ ਨਾਲ, ਉਹ ਵੀ ਚੈੱਕ ਕਰਾਉਣੇ। ਪਿਆਰਾ ਭਾਈ ਇੱਥੇ ਜ਼ਰਾ ਸਿੱਧੀ ਕਰਨੀ ਹੈ, ਇਸ ਸਾਈਡ ਤੇ ਆਓ, ਈਜ਼ੀ ਹੋ ਕੇ ਸੋਹਣੀ ਜੀ ਵੀਡੀਓ ਬਣਾਓ ਜੀ। ਭਾਈ ਆਰਫ ਸਾਹਿਬ ਨੰਬਰ 4 ਤੇ ਚੈੱਕ ਕਰਾਉਂਦੇ ਹਾਂ, ਪ੍ਰਿੰਟ ਦੋਸਤਾਂ ਵੇਖ ਲੈਣਾ, ਰਵੇਲ ਚੈੱਕ ਕਰਨੀ ਮਾਸ਼ਾਅੱਲਾ ਜੀ, ਕਾਲੇ ਥਣ ਨੇ ਦੋਸਤਾਂ ਨੂੰ ਉਹ ਵੀ ਚੈੱਕ ਕਰਾਉਂਦੇ ਹਾਂ। ਖੀਰੀ ਬੱਚੀ ਹੈ, ਕਿੰਨੀ ਕੁ ਉਮਰ ਹੈ ਅੰਦਾਜ਼ਨ ਇਹਦੀ? ਇਹਦੀ ਉਮਰ ਭਾਜੀ ਸਾਲ ਕੁ ਹੋਣੀ, ਸਾਲ ਕੁ ਹੋਣੀ ਹੈ। ਨਸਲ ਕੀ ਭਾਈ ਆਰਫ ਸਾਹਿਬ ਦੀ? ਇਹਦੇ ਵਿੱਚ ਥੋੜ੍ਹਾ ਜਿਹਾ ਆਸਟ੍ਰੇਲੀਆ ਤੇ ਜਰਸੀ ਦਾ ਥੋੜ੍ਹਾ ਜਿਹਾ ਮਿਕਸ ਹੈ, ਜਰਸੀ ਤੇ ਆਸਟ੍ਰੇਲੀਅਨ ਕ੍ਰਾਸ। ਉਮਰ ਤਕਰੀਬਨ 80% ਜਿਹੜੀ ਜਨਾ ਆਸਟ੍ਰੇਲੀਆ ਦੀ ਤੇ 20% ਜਿਹੜਾ ਨਾ ਜਰਸੀ ਦਾ ਮਿਕਸ ਹੈ। ਠੀਕ ਹੈ, ਜਿਹੜੀ ਨਸਲ ਦੱਸਾਂਗੇ ਉਹ ਨਸਲ ਹੋਏਗੀ ਉਹਦੇ ਵਿੱਚ 2 ਨੰਬਰ। ਜ਼ਿੰਦਾਬਾਦ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਚਿਹਰਾ ਦੋਸਤਾਂ ਦਾ ਵੇਖ ਲੈਣਾ, ਜਰਸੀ ਤੇ ਆਸਟ੍ਰੇਲੀਅਨ ਕ੍ਰਾਸ ਤੇ ਜ਼ਿਆਦਾ ਆਸਟ੍ਰੇਲੀਅਨ ਮਾਸ਼ਾਅੱਲਾ ਜੀ, ਸੋਹਣੇ ਕਾਲੇ ਥਣ ਲੱਗੇ ਨੇ। ਨੰਬਰ ਆ ਗਈ 4 ਤੇ, ਜੱਟ ਸਾਹਿਬ ਦੇ ਥਣ ਵੀ ਚੈੱਕ ਕਰਾਉਣੇ ਭਾਈ, ਜ਼ਰਾ ਸਿੱਧੀ ਆਪਣੇ ਵੱਲ ਨੂੰ ਕਰੋ ਇੱਧਰ। ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਥਣ ਵੀ ਦੋਸਤਾਂ ਵੇਖ ਲੈਣੇ ਨੇ। ਠੀਕ ਹੈ ਜੀ, ਲੈ ਚਲੋ ਭਾਈ ਜਾਨ ਜੀ। ਭਾਈ ਆਰਫ ਸਾਹਿਬ, ਵੱਛੀ ਨੰਬਰ 4 ਦਾ ਰੇਟ ਹਾਈਟ ਵਗੈਰਾ ਵੇਖ ਲੈਣੀ, ਖੂਬਸੂਰਤੀ ਚੈੱਕ ਕਰਨੀ ਹੈ, ਅਭੀ ਮੋਨੀ ਹੈ। ਕਿੰਨੀ ਕੁ ਉਮਰ ਹੈ ਆਰਫ ਸਾਹਿਬ ਦੀ? 14-15 ਮਹੀਨੇ। ਠੀਕ ਹੈ, ਤਕਰੀਬਨ 1.25 ਸਾਲ ਦੀ ਉਮਰ ਹੈ ਮਾਸ਼ਾਅੱਲਾ ਜੀ। ਖੀਰੀ ਬੱਚੀ ਹੈ, ਨੰਬਰ ਆ ਗਈ 5 ਤੇ। ਜਰਸੀ ਤੇ ਫਰੀਜ਼ੀਅਨ ਕ੍ਰਾਸ ਹੈ ਮਾਸ਼ਾਅੱਲਾ ਜੀ, ਨੰਬਰ ਆ ਗਈ ਹੈ 5 ਤੇ। ਉਹ ਵੀ ਮੈਂ ਚੈੱਕ ਕਰਾਉਣਾ ਮਾਸ਼ਾਅੱਲਾ ਜੀ, ਨਸਲ ਬੜੀ ਮਜ਼ਬੂਤ ਹੈ ਕ੍ਰਾਸ, ਡਾਡਾ ਵਿੱਚ ਜਰਸੀ ਤੇ ਫਰੀਜ਼ੀਅਨ ਕ੍ਰਾਸ ਹੈ ਮਾਸ਼ਾਅੱਲਾ ਜੀ। ਖੀਰੀ ਵੱਛੀ ਦੰਦ ਵੀ ਦੋਸਤਾਂ ਚੈੱਕ ਕਰਾ ਦਿੱਤੇ ਨੇ। ਠੀਕ ਹੈ ਪਿਆਰੇ ਭਾਈ, ਲੈ ਚਲੋ ਜੀ। ਭਾਈ ਆਰਫ ਸਾਹਿਬ, ਵੱਛੀ ਨੰਬਰ 5 ਦਾ ਰੇਟ? ਵੱਛੀ 1.5 ਲੱਖ ਦੀ। ਅੱਛਾ, ਵੱਛੀ 1.5 ਲੱਖ ਦੀ ਹੈ, ਲੇਕਿਨ ਉਹ ਕੰਮ ਨਹੀਂ ਕਰਨਾ ਵੱਛੀ ਦੇ ਰਹੀ ਹੈ। 1,05,000 ਦੀ। 1,00,000 ਤੇ 5,000 ਨੰਬਰ 5 ਤੇ ਚੈੱਕ ਕਰੀਏ ਕੀਮਤ ਇਹਦੀ ਵੀ, 1,00,000 ਤੇ 5,000। ਯਾਨੀ ਕਿ ਪਹਿਲੀ ਵੀਡੀਓ ਵਿੱਚ ਤੇ ਆਰਫ ਸਾਹਿਬ ਦੀ ਅੱਜ ਇਨਸ਼ਾਅੱਲਾ ਬੱਲੇ ਬੱਲੇ ਹੋ ਗਈ ਹੈ, ਰੇਟ ਸੋਹਣੇ ਨੇ ਮਾਸ਼ਾਅੱਲਾ ਜੀ। ਤੇ ਇਨਸ਼ਾਅੱਲਾ ਜਿਹੜਾ ਦੋਸਤ ਆ ਇਹਦਾ ਜਿੰਨਾ ਹੋ ਸਕਦਾ ਮਜ਼ੀਦ ਪਿਆਰ ਮੁਹੱਬਤ ਕਮੀ ਬੇਸ਼ੀ ਹੋਈ ਹੈ ਇਹਦੀ। ਦੋਸਤ ਹੋਰ ਵੀ ਵੀਡੀਓ ਵੇਖਦੇ ਨੇ, ਰੇਟ ਨਾ ਮਾਸ਼ਾਅੱਲਾ ਜੀ ਕਾਫੀ ਅੱਛੇ ਲਾੜੇ ਨੇ। ਠੀਕ ਹੈ ਭਾਈ, ਲੈ ਚਲੋ ਜੀ। ਕੀਮਤ ਡਿਮਾਂਡ 1,00,000 ਤੇ 5,000 ਅੱਗੇ ਆ ਗਈ ਮਾਸ਼ਾਅੱਲਾ ਜੀ। ਨੰਬਰ 6 ਤੇ ਆ ਗਈ, ਚਿਹਰਾ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਕੁਆਲਿਟੀ ਚੈੱਕ ਕਰਨੀ ਹੈ। ਜਿੰਨੀਆਂ ਬੱਚੀਆਂ ਨੇ ਸਭ ਤੋਂ ਜ਼ਿਆਦਾ ਜਿਸਾਮਤ ਹਾਈਟ ਵਗੈਰਾ ਦੀ ਜਿਹੜੀ ਨੰਬਰ 5 ਤੇ ਚੈੱਕ ਕਰਾਈ ਉਹਦੀ ਵੀ ਚੰਗੀ ਮਾਸ਼ਾਅੱਲਾ ਜੀ। ਇਹਦੀ ਸਿਹਤ ਵੀ ਦੋਸਤਾਂ ਵੇਖਣੀ ਹੈ ਜੀ। ਭਾਈ ਆਰਫ ਸਾਹਿਬ, ਅਭੀ ਖੀਰੀ ਹੈ ਜੀ, ਬੱਚਾ ਬੱਚੀ ਖੀਰੀ। ਠੀਕ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਜਿਹੜੀ ਦੋਂਦੀ ਹੋਏਗੀ ਦੋਂਦੀ ਦੱਸਾਂਗਾ, ਜਿਹੜੀ ਖੀਰੀ ਹੋਏਗੀ ਖੀਰੀ। ਕ੍ਰਾਸ ਹੋਈ ਹੈ ਕਿ ਨਹੀਂ? ਨਹੀਂ ਨਹੀਂ, ਕ੍ਰਾਸ ਨਹੀਂ ਹੋਈ। ਕ੍ਰਾਸ ਹੋਣ ਦੇ ਕਾਬਲ ਨੇ ਬਜਾਏ ਇਸ ਦੇ ਕਿ ਭਾਈ ਜੀ ਕਹਿਣ 10 ਦਿਨ ਹੋ ਗਏ ਨੇ, 20 ਦਿਨ ਹੋ ਗਏ ਨੇ। ਮੈਂ ਤੁਹਾਨੂੰ ਭੱਜ ਭੱਜ ਬਰਾਦ ਗੱਲ ਪਤਾ ਕੀ, ਬੰਦੇ ਝੂਠ ਮਾਰਦੇ ਨੇ। ਝੂਠ ਮਾਰ ਗਿਆ ਗੱਲ ਆਉਂਦੇ ਨੇ ਕਿ ਯਾਰ ਲਓ ਜੀ ਇਹਨੂੰ 20 ਦਿਨ ਹੋ ਗਏ ਨੇ, ਸੈਮੀਨਾਰ ਹੋਈ ਜੀ, ਜੇ ਟੀਕਾ ਰਖਾਇਆ, ਜੇ ਸਜੈਂਜ ਕੀਤਾ, ਸਭ ਝੂਠ ਹੁੰਦਾ।
ਬੱਚੇ ਨੂੰ 10 ਦਿਨ ਹੋਵੇ ਨਾ ਸੈਮੀਨਾਰ ਤੇ ਰਹਿਣ ਨੂੰ, ਐਵੇਂ ਬੱਚੇ 2 ਲੱਖ ਦੀ ਵੀ ਨਹੀਂ ਦਿੰਦਾ, ਠੀਕ ਹੈ? ਮੈਨੂੰ ਪਤਾ ਮੇਰੇ ਬੱਚੇ ਸੈਮੀਨਾਰ ਹੋ ਗਏ 2 ਮਹੀਨੇ ਸਿੰਬ ਕਰਕੇ ਬੱਚੇ ਪਾਸ ਕਰਾ ਕੇ ਜਿਹਨੂੰ ਮਰਜ਼ੀ 3 ਲੱਖ ਦੀ ਬੱਚੀ ਦੇ ਦਿੰਦੇ ਜੀ ਨਸਲ ਝੂਠ ਹੁੰਦਾ। ਲੇਕਿਨ ਹਾਂ ਇੱਕ ਗੱਲ ਜ਼ਰੂਰ ਹੈ, ਬੱਚੇ ਦੀ ਇਹਨਾਂ ਬੱਚੀਆਂ ਜਿਹੜੀਆਂ ਮੇਰੇ ਕੋਲ ਵੱਡੀਆਂ 3 ਨੇ, ਇਹਨਾਂ ਦੀ ਮਿਹਨਤ ਨਹੀਂ ਹੈ, ਠੀਕ ਹੈ? ਮਿਹਨਤ ਤੋਂ ਮੁਰਾਦ ਆ ਵੀ ਇਹ 10 ਦਿਨਾਂ ਨੂੰ ਸੈਮੀਨਾਰ ਹੋ ਜਾਣਾ, 15 ਦਿਨਾਂ ਨੂੰ ਹੋ ਜਾਣ, ਮਹੀਨੇ ਦੇ ਵਿੱਚ ਵਿੱਚ ਸੈਮੀਨਾਰ ਹੋ ਜਾਣ, ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ। ਖੀਰੀਆਂ ਨਾ ਬੱਚੀਆਂ ਸੁਮਨ ਫਿਰ ਵੀ ਮੇਰਾ ਦਿਲ ਆਵੇ, ਠੀਕ ਉਹ ਬੰਦਾ ਗੱਲਾਂ ਕਰੇ ਤੇ ਯਾਰ ਬੱਚੀਆਂ ਲਿਆਉਂਦੇ ਹਨ ਤੇ ਭਰਾ ਕੋਲ ਖੀਰੀਆਂ ਨਹੀਂ ਸੋਈਆਂ। ਜੀ ਜੀ ਹਾਂਜੀ ਜ਼ਿੰਦਾਬਾਦ ਮਾਸ਼ਾਅੱਲਾ ਜੀ। ਨੰਬਰ 6 ਤੇ ਚੈੱਕ ਕਰਾਈਏ ਖੀਰੀ ਬੱਚੀ, ਇਹ ਦੰਦ ਵੀ ਦੋਸਤਾਂ ਚੈੱਕ ਕਰਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਇੰਜ ਜਿਵੇਂ ਗੱਬਣ ਹੋਏ, ਮੈਂ ਨਾ ਝੁੱਲਰ ਫਾਓ ਇਹ ਚੀਜ਼ ਇਹ ਦੋਸਤਾਂ ਚੈੱਕ ਕਰ ਲਓ ਮਾਸ਼ਾਅੱਲਾ ਜੀ, ਇਹ ਵੱਧਰ ਜਿਹੜਾ ਨਾ ਠੀਕ ਹੈ, ਇਹ ਹੈ ਵਿਸ਼ੀਲ ਸ਼ਰੀਫ ਤੇ ਥਣ ਵੇਖੋ ਕਿਤੇ ਕਿਤੇ ਰੱਬ ਲਾਇਆ ਮਾਸ਼ਾਅੱਲਾ ਜੀ, ਤੁਹਾਡੇ ਦੋਸਤਾਂ ਥਣ ਲਾਇਆ ਠੀਕ ਹੈ। ਕੀ ਨਸਲ ਹੈ ਭਾਈ ਅਰਫ ਸਾਹਿਬ ਦੀ? ਇਹ ਭਾਜੀ ਜਰਸੀ ਦੇ ਬਲੈਤੀ ਕ੍ਰਾਸ ਹੈ, ਜਰਸੀ ਕ੍ਰਾਸ ਹੈ ਮਾਸ਼ਾਅੱਲਾ ਜੀ। ਕੰਨ ਵੀ ਇਹਦੇ ਦੱਸ ਦੇਣੇ ਪਏ, ਚਿਹਰੇ 'ਚ ਮੱਥੇ 'ਚ ਬੈਂਡ ਵੀ ਹੈ ਵੇ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਕ੍ਰਾਸ ਦੀ ਨਿਸ਼ਾਨੀ ਵੀ ਮੈਂ ਤੁਹਾਨੂੰ ਦੱਸ ਦੇਣਾ, ਜਿਹਦੇ ਵਿੱਚ ਕ੍ਰਾਸ ਹੋਏ ਬਿਨਾਂ ਜਰਸੀ ਦੇ ਵਿੱਚ ਬਲੈਤੀ, ਕੰਨ ਥੋੜ੍ਹਾ ਜਿਹਾ ਛੋਟਾ ਹੋਏਗਾ, ਅੱਖ ਮੋਟੀ ਹੋਏਗੀ, ਮਜਰਾ ਮੱਥਾ ਬੈਲਡ ਹੋਏਗਾ, ਇਹ ਕ੍ਰਾਸ ਹੈ, ਪਿਓਰ ਨਹੀਂ ਹੈ ਜਰਸੀ, ਮੈਂ ਇਹਨੂੰ ਪਿਓਰ ਵੀ ਕਹਿ ਸਕਦਾ ਜੀ, ਇਹ ਪਿਓਰ ਹੈ ਲੇਕਿਨ ਝੂਠ ਨਹੀਂ ਮਾਰਦਾ। ਜ਼ਿੰਦਾਬਾਦ ਜੀ, ਜਿਹੜੀ ਮਾਲਕ ਨੇ ਲਿਖੀ ਉਹ ਮਿਲਣੀ, ਬਿਲਕੁਲ ਜੀ ਠੀਕ ਹੈ ਪਿਆਰੇ ਭਾਈ, ਜ਼ਰਾ ਨੂੰ ਟੋਰ ਕੇ ਲੈ ਚਲੋ ਮਾਸ਼ਾਅੱਲਾ ਜੀ। ਨੰਬਰ 6 ਤੇ ਚੈੱਕ ਕਰਾਈਏ ਜਰਸੀ, ਇਹ ਕ੍ਰਾਸ ਬੱਚੀ, ਇਹ ਖੀਰੀ ਹੈ, ਥਾਣੀ ਦੋਸਤਾਂ ਚੈੱਕ ਕਰਾ ਦਿੱਤੇ, ਇਹਨੇ ਸ਼ਰਾਫਤ ਵੀ ਚੈੱਕ ਕਰਾ ਦਿੱਤੀ ਹੈ, ਠੀਕ ਹੈ ਭਾਈ ਲੈ ਚਲੋ ਜੀ, ਕ੍ਰਾਸ ਹੋਣ ਦੇ ਕਾਬਲ ਹੈ ਲੇਕਿਨ ਫਿਲਹਾਲ ਕ੍ਰਾਸ ਨਹੀਂ ਹੋਈ। ਜੀ ਆਰਫ ਸਾਹਿਬ ਕੀ ਰੇਟ ਹੈ ਜੀ ਇਹਦਾ? ਮੁੱਲ ਤਾਂ ਬੱਚਾ 1.5 ਲੱਖ ਰੁਪਏ। ਅੱਛਾ ਬੱਚੀ ਮੇਰੀ 1.5 ਲੱਖ ਦੀ, ਸਾਨੂੰ ਵੀ ਪਤਾ ਵੇਚੀ ਦੇ ਆਵੇ ਨਾ, ਲੇਕਿਨ ਅੱਜ ਪਹਿਲੀ ਬੜੀ ਹੋਈ, ਅੱਜ ਲੋਕਾਂ ਭਰਾਵਾਂ ਨੂੰ ਨਾ ਮੋਹ ਲੁਟਾਉਣੀ, 1,05,000 ਦੇ ਵੀ ਦੇ ਦੇ। ਜ਼ਿੰਦਾਬਾਦ ਆਰਫ ਸਾਹਿਬ, ਕਮਾਲ ਹੀ ਕਰੀ ਜਾਂਦੇ ਹੋ, ਕਮਾਲ ਹੀ ਕਰ ਦੇਣਾ ਯਾਰ, ਪਹਿਲੀ ਤੁਸੀਂ ਵੀ ਪਹਿਲੀ ਵੀਡੀਓ ਲੈ ਕੇ ਆਏ ਹੋ ਕਿ ਅਸੀਂ, ਤੁਹਾਨੂੰ ਵੀ ਪਤਾ ਲੱਗੇ, ਵੇਖਣ ਵਾਲੇ ਭਰਾ ਵੀ ਆਖਣਗੇ ਬਾਕੀ ਭਰਾ ਨੇ ਮੁੱਲ ਦਿੱਤੇ ਨੇ ਤੇ ਬੱਚੀ ਆ ਸੋਹਣੀ ਜਾਵਾਂਗੇ। ਇਹ ਬੱਚੀ ਕੋਲ ਹੀ ਹੈ ਜਾਂ ਸੇਲ ਤੇ ਨਹੀਂ ਕਿਤੇ ਹੋਗੀ? ਕਿਹੜੀ ਇਹ ਨਿੱਕੀ ਬੱਚੀ? ਨਹੀਂ ਇਹ ਜਿਹੜੀ ਨੰਬਰ 6 ਕੋਲ ਹੈ ਮੇਰੇ, ਕੋਲ ਹੀ ਹੈ। ਨਹੀਂ ਨਹੀਂ ਸੇਲ ਬਹੁਤ ਘੱਟ ਇੰਜ ਹੀ ਹੁੰਦਾ ਨਾ, ਜਾਨਵਰ ਸੇਲ ਹੋਇਆ ਹੈ ਤੇ ਦੋਸਤ ਰੇਟ ਨਹੀਂ 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 ਭਾਜੀ, ਕੋਈ ਬੰਦਾ ਫੋਨ ਕਰਕੇ ਆਖੇ ਆਹ ਕੋਈ ਬੰਦਾ ਆਉਣਾ ਵੀਡੀਓ ਅੱਜ ਤੇ 2-3 ਦਿਨਾਂ ਬਾਅਦ ਬੰਦਾ ਫੋਨ ਕਰਕੇ, ਇਹ ਟਿਕਟਾਂ ਦੇ ਸੌਦੇ ਹੋਣੇ ਨੇ, ਚੈੱਕ ਹੀ ਨੇ ਸਮਝੋ ਤੁਹਾਡੇ। ਚਲੋ ਅੱਲਾ ਪਾ ਖੈਰ ਰੱਖੇ, ਚੈੱਕ ਹੀ ਕਰਨੇ ਨੇ, ਅੱਗੋਂ ਹਰ ਹਫ਼ਤਵਾਰ ਦਾ ਤਵਾਰ ਮੂਵੀ ਬਣੇਗੀ ਇਨਸ਼ਾਅੱਲਾ, ਉਹ ਮੂਵੀ ਬਣਾਵਾਂਗੇ ਜਿਹੜੀ ਦੁਨੀਆ ਵੀ ਪਰੇਸ਼ਾਨ ਹੋ ਜਾਏਗੀ ਕਿ ਬਾਕੀ ਉਸ ਬੰਦੇ ਦੇ ਕੋਲ ਬੱਚਿਆਂ ਲਿਆਉਣੀਆਂ ਚਾਹੀਦੀਆਂ। ਜੀ ਬਿਹਤਰ ਹੋ ਗਿਆ, ਕੀਮਤ ਸਿਰਫ 1,05,000 ਅੱਗੇ ਭਾਈ ਆਪ ਹੀ ਪਰਲੀ ਸਾਈਡ ਤੇ ਹੋਣਾ ਗਿਆ ਆ ਗਈ ਮਾਸ਼ਾਅੱਲਾ ਜੀ। ਨੰਬਰ 7 ਤੇ ਆ ਗਈ ਹੈ ਭਾਈ, ਯਾਰਾਂ ਸੇਲ ਕਰ ਛੜੀਏ ਮਾਸ਼ਾਅੱਲਾ ਜੀ, ਭਾਈ ਯਾਰ ਬੱਚੀ ਹੋ ਗਈ ਸੇਲ, ਠੀਕ ਹੈ ਜੀ, ਭਰਾਵਾਂ ਨੂੰ ਸ਼ੌਕ ਤਾਂ ਕਰਾਵਾਂਗੇ, ਠੀਕ ਹੈ, ਇਹ ਬੱਚੀ ਆਪ ਪਿੰਡੀ ਸੇਲ ਕਰ ਦਿੱਤੀ, ਠੀਕ ਹੈ, ਇਹ ਵੀ ਖੀਰੀ ਮਾਸ਼ਾਅੱਲਾ ਜੀ, ਖੀਰੀ ਬੱਚਾ ਬੱਚੀ, ਠੀਕ ਹੈ ਭਾਈ ਲੈ ਚਲੋ ਜੀ ਮਾਸ਼ਾਅੱਲਾ ਜੀ, ਇਹ ਵੀ ਖੀਰੀ ਬੱਚੀ ਨੰਬਰ 7 ਤੇ ਚੈੱਕ ਕਰਾਈਏ, ਲੇਕਿਨ ਸੇਲ ਹੋ ਗਈ ਹੈ, ਰਾਵਲ ਪਿੰਡੀ ਭਾਈ ਜਿਹੜੀ ਇੱਕ ਨੇ ਉਹਨਾਂ ਖਰੀਦੀ ਹੈ ਮਾਸ਼ਾਅੱਲਾ ਜੀ, ਟੋਟਲ ਬੱਚੀਆਂ ਅੱਜ 7 ਹੀ ਸਨ, ਠੀਕ ਹੈ ਭਾਈ ਲੈ ਚਲੋ ਜੀ। ਆਓ ਜੀ ਭਾਈ ਅਰਫ ਸਾਹਿਬ ਅੰਦਰ, ਕੋਈ ਤੁਹਾਡੇ ਕੋਲ ਪੈਗਾਮ ਲਈਏ ਇਨਸ਼ਾਅੱਲਾ, ਜਿਹੜੀ ਹੁਣੀ ਤਵਾਰ ਆ ਇਹਦੀ ਅੱਲਾ ਹੈ ਰੱਖੇ, ਉਸ ਦਿਨ ਉਹਦੀ ਜ਼ਾਤ ਨੂੰ ਮਨਜ਼ੂਰ ਹੋਇਆ ਤਾਂ ਦੋਸਤਾਂ ਨੂੰ ਫਿਰ ਸ਼ੋਅ ਕਰਾਵਾਂਗੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਇਹ ਬੱਚੀਆਂ ਸਾਹਮਣੇ ਨੇ, ਦੋਸਤਾਂ ਚੈੱਕ ਕਰ ਲੈਣਾ ਇਹਨਾਂ ਦੀ ਜਿਹੜੀ ਹਾਈਟ ਹੈ, 3 ਬੱਚੀਆਂ ਵੱਡੀਆਂ ਨੇ, ਇੱਕ ਆ ਸਾਹਮਣੇ ਹੁੰਦੀ ਵੀ ਇਹਦੀ ਐਵੇਂ ਥੋੜ੍ਹੀ ਜਿਹੀ ਹਾਈਟ ਘੱਟ ਹੈ, ਬਾਕੀ ਆ 2 ਬੱਚੀਆਂ ਛੋਟੀਆਂ ਨੇ, ਦੋਸਤਾਂ ਵੇਖ ਲੈਣੀਆਂ ਨੇ। ਕਮ ਅਜ਼ ਕਮ ਕੀਮਤ ਸੀ 60,000, 60,000 ਤੋਂ ਲੈ ਕੇ ਤੇ 1,05,000 ਸਿੱਧਾ ਭਾਈ ਨਾਲ ਰੇਟ ਲਾਇਆ ਦੋਸਤਾਂ ਨੇ, ਰੇਟ ਦੇ ਮੁਤਲਕ ਵੀ ਲਾਜ਼ਮੀ ਕਮੈਂਟ ਕਰਨਾ। ਮਜ਼ੀਦ ਭਾਈ ਅਰਫ ਸਾਹਿਬ, ਕੋਈ ਦੋਸਤਾਂ ਵਾਸਤੇ ਪੈਗਾਮ? ਦੋਸਤਾਂ ਭਰਾਵਾਂ ਨੂੰ ਮੈਂ ਪੈਗਾਮ ਦੇਵਾਂਗਾ, ਜਦੋਂ ਕੋਈ ਚੀਜ਼ ਲਵੋ ਅੱਛੀ ਨਸਲ ਦੀ ਲਵੋ, ਅੱਛੀ ਚੀਜ਼ ਲਵੋ, ਠੀਕ ਹੈ, ਮਿਹਨਤ ਕਰਨੀ ਹੁੰਦੀ ਹੈ ਬੰਦਾ ਨੇ, ਵੇਖੋ ਪੱਠੇ ਪਾਉਣੇ ਨੇ, ਮਿਹਨਤ ਕਰਨੀ ਹੈ, ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੇ ਗਾਵਾਂ ਬਣਾਉਣੀਆਂ ਨੇ। ਇਹ ਕਈ ਮੇਰੇ ਭਰਾ ਐਸੇ ਨੇ, ਉਹ ਥੋੜ੍ਹੀ ਜਿਹੀ ਚੀਜ਼ ਸਸਤੀ ਵੇਂਦੇ ਨੇ, ਲਓ ਜੀ ਸਾਨੂੰ ਸਸਤੀ ਲੱਭ ਗਈ ਹੈ, ਠੀਕ ਹੈ, ਘਰ ਲੈ ਜਾਂਦੇ ਨੇ, ਉਹ ਨਾ ਉਹ ਗਾਂ ਬਣਦੀ ਹੈ, ਨਾ ਉਹ ਚੰਗੀ ਚੀਜ਼ ਅਤੇ ਨਾ ਬਣਦੀ, ਉਹ ਕੱਲ੍ਹ ਨੂੰ ਕਿਸਾਨਾਂ ਨੂੰ ਮੂੰਹ ਕਰਦੇ ਨੇ ਅਤੇ ਆਉਂਦੇ ਨੇ, ਲਓ ਜੀ ਸਾਨੂੰ ਇਹ ਅਸਾਂ ਮੇਰੇ ਬੱਚੀ ਰੱਖੀਏ, ਸਾਨੂੰ ਉਹਦਾ ਫਾਇਦਾ ਨਹੀਂ ਹੋਇਆ। ਅੱਛੀ ਚੀਜ਼ ਰੱਖੋ, ਅੱਛਾ ਜਿਹੜਾ ਨਾ ਕਾਰੋਬਾਰ ਹੈ, ਠੀਕ, ਇਹਨਾਂ ਨੂੰ ਅਗਰ ਫਿਲਟ ਕਰ ਲਓ, ਮੇਰੇ ਕੋਲ 3 ਬੱਚੀਆਂ ਲੈ ਜਾਂਦੇ ਨੇ, ਕੋਈ ਇੱਕ ਬੰਦਾ ਜਾਂ 4 ਬੱਚੀਆਂ ਲੈ ਜਾਂਦਾ, ਠੀਕ ਹੈ, 4 ਬੱਚਿਆਂ ਦੇ ਵਿੱਚ ਇੱਕ ਗਾਂ ਦੇ ਪੈਸੇ ਨਹੀਂ ਆ,
ਅੱਜ ਜੇ ਚੰਗੀ ਵੈਣ ਬਣ ਜਾਵਾਂ ਨਾ ਚੰਗੀ ਗਾਂ ਬਣ ਕਲੇ 7-8 ਲੱਖ ਰੁਪਏ ਦੀ ਗਾਂ ਚੰਗੀ ਸੇਲ ਹੁੰਦੀ ਹੈ। ਦੇਸੀ ਗਾਂ ਸਾਹੀਵਾਲ ਦੇ ਲੈਣ ਟੁੱਟਦੀ ਜੇ ਨਾ ਉਹ ਵੀ 3 ਲੱਖ ਤੋਂ ਥੱਲੇ ਨਹੀਂ ਲੱਭਦੀ। ਠੀਕ ਹੈ, ਅੱਜ 1 ਸਾਲ ਬਾਅਦ ਜੇ ਬੰਦੇ ਨੇ ਇੱਕ ਤਿਆਰ ਕਰਕੇ ਵੇਚ ਲੈਣੇ ਨਾ, ਬਾਕੀ ਉਹਨੂੰ 3-4 ਜਿਹਨੇ ਉਹ ਫਰੀ ਨੇ। ਠੀਕ ਹੈ, ਉਹਨੂੰ ਫਰੀ ਪੈਕੇਜ ਜੇ ਸਮਝ ਲਓਗੇ ਉਹ ਉਹਨੂੰ ਮੁਫ਼ਤ ਮੁਨਾਫਾ ਜੀ। ਠੀਕ ਹੈ, ਇਹਨਾਂ ਦੇ ਵਿੱਚ ਇੰਨਾ ਕੋਈ ਫਾਇਦਾ ਹੋਵੇ। ਠੀਕ ਹੈ, ਅੱਗੋਂ ਜਿੱਥੋਂ ਵੀ ਮੇਰੇ ਭਰਾ ਲੈਣ ਚੰਗੀ ਚੀਜ਼ ਲੈਣ, ਠੀਕ ਹੈ, ਅੱਛੀ ਨਸਲ ਲੈਣ, ਅੱਛੀ ਬਰੀਦ ਲੈਣ, ਸਾਰੀ ਬੇਵਹਾਕ ਲੈਣ। ਬਾਕੀ ਜੇ ਸਾਡੇ ਕੋਲ ਲੈਣੀ ਅਸੀਂ ਗਰੰਟੀ ਦੇਵਾਂਗੇ। ਠੀਕ ਹੈ, ਅੱਗੇ ਵੀ ਤੁਹਾਨੂੰ ਦੱਸਿਆ ਹਰ ਚੀਜ਼ ਦੀ ਗਰੰਟੀ ਹੋਏਗੀ ਸਾਡੀ। ਜੀ ਜੀ, ਬੱਚੇ ਘਰ ਜਾ ਕੇ ਬਿਮਾਰ ਨਿਕਲੇ, ਬੱਚੇ ਨੂੰ ਕੋਈ ਨੁਕਸ ਨਿਕਲੇ, ਉਹ ਬੱਚੇ ਸਾਡੀ ਹੋਏਗੀ। ਖੀਰ ਦੱਸਣੇ ਆ ਦੋਂਦੀ ਜਾ ਕੇ ਘਰ ਨਿਕਲੇ, ਉਹ ਸਾਡੀ ਹੋਏਗੀ। ਥਾਣੇ 4 ਦੱਸਣੇ ਆ, 5ਵਾਂ ਥਾਣ ਨਿਕਲੇ, ਉਹ ਵੀ ਮੇਰੀ ਹੋਵੇ। ਅੰਦਰੋਂ ਜਾ ਕੇ ਡਾਕਟਰ ਨੂੰ ਚੈੱਕ ਕਰਾਉਣ, ਅੰਦਰੋਂ ਖੁਸਰੀ ਹੋਵੇ, ਉਹ ਵੀ ਮੇਰੀ ਹੋਵੇ। ਠੀਕ ਹੈ, 15 ਸਾਲ ਇਹਨਾਂ ਨੇ ਮੇਰੇ ਬੰਦਾ 15 ਸਾਲ ਦਾ ਤਜਰਬਾ ਹੈ। ਸਮਝ ਲਓ ਕਿ ਜਿਵੇਂ ਥੋਪ ਦੀ ਦੁਕਾਨ 'ਤੇ ਤੁਸੀਂ ਆਏ ਹੋ, ਸਾਡੇ ਕੋਲ ਬੰਦੇ ਅੱਗੇ ਪਰਚੂਨ ਜਾ ਕੇ ਵੇਚ ਦੇਣ। ਜੀ ਜੀ, ਠੀਕ ਹੈ, ਇਹ ਉਹ ਹੈ, ਉਹ ਕੰਮ ਨਹੀਂ ਕਰਨਾ ਹੈ ਪਰਚੂਨ ਵਾਲਾ ਜਿਹੜਾ ਸਾਡਾ, ਉਹੀ ਹੋਲਸੇਲ ਰੇਟ ਹੈ। ਠੀਕ ਹੈ, ਜਦ ਜਿਹੜਾ ਅਸੀਂ ਵਪਾਰੀਆਂ ਨੂੰ ਫਾਇਦਾ ਦਿੰਦੇ ਹਾਂ, ਉਹ ਲੋਕ ਸਾਡੇ ਕੋਲ ਆਉਣ, ਸਾਡੇ ਕੋਲ ਫਾਇਦਾ ਲੈ ਕੇ ਜਾਣ, ਅੱਛੀ ਬਰੇਡ ਤੁਸੀਂ ਆਪ ਮੀਡੀਆ ਵਿੱਚ, ਚਲੋ ਤੁਸੀਂ ਲੋਕਾਂ ਦੀ ਬਣਾ ਦਿਓ, ਤੁਸੀਂ ਦੱਸੋ ਇਹਦੇ ਨਾਲ ਦੇ ਬੱਚੇ ਕੋਈ ਬੰਦਾ 1,05,000 ਨਹੀਂ ਸਰ ਦਿੰਦਾ, ਕੋਈ ਨਹੀਂ ਦਿੰਦਾ ਇਸ ਨਸਲ ਦੀ, ਇਸ ਬਰੇਡ ਦੀ ਖੀਰ ਜਾਂ ਹੋਣ। ਠੀਕ ਹੈ, ਅੱਗੋਂ ਜਿਵੇਂ ਵੀ ਜਿਸ ਕਿਸਮ ਦੇ ਕਿਸ ਨਸਲ ਦੇ ਬੱਚੇ ਨੂੰ ਬੰਦੇ ਨੂੰ ਚਾਹੀਦੇ ਹੋਵੇ, ਮੇਰੇ ਕੋਲ ਰਾਬਤਾ ਕਰੇ, ਇਨਸ਼ਾਅੱਲਾ ਉਹਨੂੰ ਉਹ ਮਿਲੇ। ਬਾਕੀ ਇਹਨਾਂ ਤੋਂ ਇਲਾਵਾ ਹੋਰ ਵੀ ਬੰਦਾ ਡਿਮਾਂਡ ਕਰਦਾ, ਮੈਨੂੰ ਮੱਛੇ ਚਾਹੀਦੇ ਨੇ ਸਾਹੀਵਾਲ ਦੇ, ਉਹ ਹੀ ਮਿਲਦੇ, ਲੇਕਿਨ ਉਹ 92 'ਚ ਮਿਲਦਾ ਅਤੇ ਉਹ 'ਚ ਨਹੀਂ ਮਿਲਣ। ਸਾਹੀਵਾਲ ਜਿਹੜੀਆਂ ਬਲੈਤੀ ਮੱਛੀਆਂ ਨੇ, ਇਹ ਜਦੋਂ ਮਰਜ਼ੀ ਕੋਈ ਬੰਦਾ ਆ ਕੇ ਲੈ ਸਕਦਾ, 24 ਘੰਟੇ ਸਰਵਾ 'ਚ ਜਦੋਂ ਮਰਜ਼ੀ ਬੰਦਾ ਆ ਕੇ ਲੈ ਸਕਦਾ, ਇਹ ਤੁਹਾਨੂੰ 92 ਤੋਂ ਬਗੈਰ ਮਿਲ ਜਾਣਾ। ਇੱਥੇ ਆਓ, ਆ ਕੇ ਮੌਕੇ 'ਤੇ ਮਾਲ ਵੇਖੋ, ਮੌਕੇ 'ਤੇ ਮਾਲ ਵੇਖ ਕੇ ਮੱਛੀਆਂ ਲੈ ਜਾਓ। ਅਗਰ ਮਤਲਬ ਬੰਦਾ ਔਨਲਾਈਨ ਕਰਾਉਂਦਾ, ਘਰ ਜਾ ਕੇ ਕੋਈ ਫੰਡ ਨਿਕਲੇ ਬੱਚੇ ਨੂੰ, ਕੋਈ ਮਸਲਾ ਨਿਕਲੇ, ਉਹ ਮੈਂ ਉੱਥੋਂ ਵਾਪਸ ਲੈ ਕੇ ਆਵਾਂ। ਠੀਕ ਹੈ, ਉਂਝ ਕੋਈ ਬੰਦਾ ਤੇਰਾ ਨਾਮ ਲੈਂਦਾ, ਆਪਣਾ ਸਾਰਾ ਜ਼ਮਾਨਾ ਫੇਰ ਲਵੇ, ਜਾ ਕੇ ਰੇਟ ਪਤਾ ਕਰ ਲਵੇ, ਫਿਰ ਮੈਂ ਨਾਲ ਰਾਬਤਾ ਕਰੇ ਕਿ ਯਾਰ ਬਾਕੀ ਉਹਦਾ ਰੇਟ ਬਿਲਕੁਲ ਮਕੂਲ ਸੀ। ਠੀਕ ਹੈ, ਅੱਗੋਂ ਤੇਰਾ ਨਾਮ ਲੈ ਕਰਾਂ, ਫਿਰ ਵਹਾ ਦਿਓ ਕਰਾਂ। ਜੀ ਭਾਈ ਯਾਰਾ ਸਾਹਿਬ, ਜ਼ਬਰਦਸਤ ਮਾਸ਼ਾਅੱਲਾ ਜੀ, ਗੁਫ਼ਤਗੂ ਵੀ ਅੱਛੀ ਕੀਤੀ ਹੈ। ਦੂਸਰਾ, 3 ਮੱਛੀਆਂ ਐਸੀਆਂ ਨੇ ਜਿਨ੍ਹਾਂ ਦਾ ਰੇਟ 1,05,000 ਉਹ ਬਣਦਾ, 3 ਲੱਖ ਅਤੇ 15,000 ਉਹਦੇ ਤੋਂ ਕੋਈ ਪੈਕੇਜ ਦੋਸਤਾਂ ਵਾਸਤੇ। ਹੁਣ ਫਰਾਦ ਭਾਈ ਕਿੰਨਾ ਕੋਈ ਪੈਕੇਜ ਕਰ, ਥੋੜ੍ਹਾ ਜਿਹਾ ਹੋਈਏ ਪਿਆਰ, ਹੋਰ ਪਿਆਰ ਤਾਂ ਅੱਗੇ ਬੜਾ ਕਰ ਛੜਿਆ ਅੱਜ। ਅਗਰ ਕੋਈ ਬੰਦਾ 3 ਬੰਦਾ ਇਕੱਠੀਆਂ ਮੱਛੀਆਂ ਲੈਂਦਾ ਵੈਣਾ, 3 ਹੀ ਫਾਈਨਲ 3 ਲੱਖ ਦੀਆਂ ਦੇ ਦਿਆਂ, ਜ਼ਿੰਦਾਬਾਦ। 100 ਥੱਲੇ 100 ਰੁਪਈਆ ਨਹੀਂ ਘੱਟ ਹੋਣ, ਨਹੀਂ ਫਿਰ ਤਾਂ ਜ਼ਿਆਦੀ ਹੋ ਜਾਣੀ ਹੈ ਨਾ, ਜ਼ਿਆਦੀ ਫਿਰ ਤੁਸੀਂ ਮੈਂ ਕੇ ਫਿਰ ਉਂਝੇ ਆ ਕੋਈ ਲੈ ਜਾਵੇ। ਠੀਕ ਹੈ, 100 ਥੱਲੇ ਹੋਰ ਫਿਰ ਮੈਂ ਮਰੀ। ਜੀ ਭਾਈ ਯਾਰਾ ਸਾਹਿਬ, ਬਹੁਤ ਸ਼ੁਕਰੀਆ ਮਾਸ਼ਾਅੱਲਾ ਜੀ, ਸ਼ੋਅ ਕਾ ਚੱਕ ਰਿਹਾ। ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਦੋਸਤਾਂ ਕੀ ਗੁਜ਼ਾਰਿਸ਼ ਆਈ, ਅਗਰ ਵੀਡੀਓ ਅੱਛੀ ਲੱਗੀ ਲਾਈਕ ਅਤੇ ਸ਼ੇਅਰ ਲਾਜ਼ਮੀ ਕਰਨਾ ਹੈ। ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।